सत श्री अकाल जी। JVS टाइम देख रहे हो तुसी ते मैं हाँ जगवीर आजाद। जे अज दे दौर की गल करिए तां विदेशां नूं साडी नौजवान पीढ़ी रुजगार दे लई लखां रुपए ला के जा रही है, पर अज असीं उस नौजवान दे नाल तुहानूं मिलाउण जा रहे हाँ ਢੁੱਡੀ ਕੇ ਤੋਂ ਗੈਰੀ ਜੀ, ਅਤੇ ਜਿਨ੍ਹਾਂ ਨੇ ਆਪਦੇ ਪਿੰਡ ਦੇ ਵਿੱਚ ਹੀ ਇੱਕ ਸਵੀਮਿੰਗ ਪੂਲ ਬਣਾਇਆ ਹੋਇਆ ਜਿੱਥੋਂ ਉਹਨਾਂ ਨੇ ਰੁਜ਼ਗਾਰ ਦਾ ਇੱਕ ਮੌਕਾ ਜਿਹੜਾ ਲੱਭਿਆ ਹੈ, ਅਤੇ ਗੱਲਬਾਤ ਕਰਾਂਗੇ ਇਸ ਦੇ ਬਾਰੇ ਕਿ ਕਿਸ ਤਰ੍ਹਾਂ ਇਹਨਾਂ ਨੇ ਜਿਹੜੀ ਇਹ ਵਿਚਾਰ ਇਹਨਾਂ ਦੇ ਮਨ ਦੇ ਵਿੱਚ ਆਇਆ। ਸਭ ਤੋਂ ਪਹਿਲਾਂ ਗੈਰੀ ਜੀ, JVS ਟਾਈਮ ਚੈਨਲ 'ਤੇ ਤੁਹਾਡਾ ਸਵਾਗਤ ਹੈ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ। ਗੈਰੀ ਜੀ, ਅਸੀਂ ਦੇਖਦੇ ਹਾਂ ਕਿ ਲੱਖਾਂ ਰੁਪਈਆ ਲਾ ਕੇ ਅੱਜ ਨੌਜਵਾਨ ਪੀੜ੍ਹੀ ਬਾਹਰ ਜਾ ਕੇ ਰੁਜ਼ਗਾਰ ਦੀ ਭਾਲ ਕਰਦੀ ਆ, ਤੁਸੀਂ ਇਹ ਜਿਹੜਾ ਸਵੀਮਿੰਗ ਪੂਲ ਆ ਕਿੰਨੇ ਕੁ ਲਾਗਤ ਦੇ ਨਾਲ ਬਣਾਇਆ? ਇਹ ਜੀ ਜਿਹੜਾ ਸਵੀਮਿੰਗ ਪੂਲ ਆ, ਇਹ ਵੈਸੇ ਤਾਂ ਮੈਂ ਸ਼ੌਕੀਆ ਤੌਰ 'ਤੇ ਸ਼ੁਰੂ ਕੀਤਾ ਸੀਗਾ ਲੋਕਡਾਊਨ ਦੇ ਵਿੱਚ ਜੀ, ਕਿਉਂਕਿ ਮੈਨੂੰ ਆਪ ਨੂੰ ਸ਼ੌਕ ਆ ਸਵੀਮਿੰਗ ਦਾ ਵੀ, ਸਕੂਬਾ ਡਾਈਵਿੰਗ ਦਾ ਵੀ ਜੀ। ਸੋ ਸ਼ੁਰੂ ਤਾਂ ਇਸ ਤਰੀਕੇ ਨਾਲ ਹੀ ਕੀਤਾ ਸੀਗਾ, ਮੈਂ ਲੁਧਿਆਣੇ ਦੇਖ ਕੇ ਆਇਆ ਸੀਗਾ ਕਿਸੇ ਯਾਰ ਦੋਸਤ ਦਾ ਬਣਾਇਆ ਹੋਇਆ ਧਾਂਦਰੇ ਪਿੰਡ ਜੀ। ਉਸ ਤੋਂ ਬਾਅਦ ਇੱਥੇ ਪਿੰਡ ਮੇਰੇ ਕੋਲ ਜਗ੍ਹਾ ਵਿਹਲੀ ਪਈ ਸੀਗੀ, ਵਿਹਲੀ ਮਤਲਬ ਕਿ ਇਹਦਾ ਸੀਗਾ, ਚਲੋ ਮਾਮਲਾ ਹੁੰਦਾ ਇਹਦਾ 3 ਕਨਾਲਾ ਥਾਂ ਇਹਦਾ ਵੱਧ ਤੋਂ ਵੱਧ 35-3600 ਰੁਪਇਆ ਸਾਲ ਦਾ ਹੁੰਦਾ ਸੀ ਜੀ। ਹੁਣ ਇਹੀ ਜਗ੍ਹਾ ਚਲੋ ਮੇਰਾ 4-5 ਕਿੱਲੇ ਦਾ ਕੰਮ ਕਰੀ ਜਾਂਦੀ ਹੈ ਜੀ, ਇੰਨੀ ਕੁ ਜਗ੍ਹਾ ਹੀ ਜੀ। ਹਾਂ ਠੀਕ ਆ, ਇਨਵੈਸਟਮੈਂਟ ਥੋੜ੍ਹੀ ਹੋਈ ਆ, 10-12 ਲੱਖ ਦੇ ਨੇੜ ਤੇੜ ਹਜੇ ਚੱਲੀ ਜਾਂਦੀ ਆ ਜੀ, ਪਰ ਇੰਨੇ ਕੁ 'ਚ ਮੈਨੂੰ ਲੱਗਦਾ ਕਿ 10-12 ਲੱਖ ਰੁਪਇਆ ਲਾ ਕੇ ਤੁਹਾਡਾ ਕੋਈ 4-5 ਮਹੀਨੇ, ਕਿਉਂਕਿ ਚੱਲਦਾ ਗਰਮੀ ਗਰਮੀ ਹੈ। ਬਿਲਕੁਲ ਬਿਲਕੁਲ, ਗਰਮੀ ਗਰਮੀ ਜਿਹੜਾ 4-5 ਮਹੀਨੇ ਆ ਤੁਹਾਡਾ ਟਰਨਓਵਰ ਕਰੀ ਜਾਂਦਾ ਜਿੰਨਾ ਵੀ ਹੈਗਾ ਜੀ ਸਾਲ। ਔਰ ਗੈਰੀ ਜੀ, ਇਹਦੀ ਲੰਬਾਈ ਚੜਾਈ ਦੀ ਗੱਲ ਕਰੀਏ ਤਾਂ ਕਿੰਨੀ ਲੰਬਾਈ ਚੜਾਈ ਹੈ ਜੀ? ਇਹ ਜਿਹੜਾ ਪੂਲ ਦਾ ਅੰਦਰਲਾ ਸਾਈਜ਼ ਆ ਉਹ ਹੈਗਾ 40x80 ਦਾ, 40 ਫੁੱਟ ਚੌੜਾ, 80 ਫੁੱਟ ਲੰਬਾ ਜੀ। ਤੇ ਇਹਦਾ ਜਿਹੜਾ ਡੰਘਾਈ ਆ ਉਹ ਇੱਕ ਪਾਸੇ 3 ਫੁੱਟ ਰੱਖੀ ਹੋਈ ਹੈ, ਇੱਕ ਪਾਸੇ 6 ਫੁੱਟ, ਜਿਹਦੇ 'ਚ ਇੱਕ ਪਾਸੇ 2 ਫੁੱਟ ਤੱਕ ਪਾਣੀ ਰੱਖ ਦਿੰਦੇ, ਦੂਜੇ ਪਾਸੇ 5 ਫੁੱਟ ਤੱਕ ਆਉਂਦਾ। ਐਂ ਟੇਢੇ ਲੋਟ ਬਣਾਇਆ ਹੈ ਜੀ, ਤਾਂ ਕਿ ਬੱਚੇ ਵੀ ਇੱਕ ਪਾਸੇ ਆਪਦਾ ਇੰਜੋਏ ਕਰ ਸਕਣ, ਜੋ ਵੱਡੇ ਆ ਉਹ ਦੂਜੇ ਪਾਸੇ ਇੰਜੋਏ ਕਰ ਸਕਣ। ਗਿਰੀ ਜੀ, ਅਸੀਂ ਇੱਕ ਨਵੀਂ ਚੀਜ਼ ਤੁਹਾਡੇ ਪਹਿਲਾਂ ਇੰਟਰਵਿਊ ਦੇ ਵਿੱਚ ਦੇਖੀ ਹੈ ਕਿ ਤੁਸੀਂ ਖੁਦ ਵੀ ਇੱਕ ਸਵਿਮਰ ਹੋ, ਤੁਹਾਨੂੰ ਜਿਹੜਾ ਹੈਗਾ ਸਵਿਮ ਕਰਨ ਦਾ ਸ਼ੌਂਕ ਵੀ ਆ, ਔਰ ਕੀ ਬੱਚਿਆਂ ਲਈ ਵੀ ਤੁਸੀਂ ਜਿਹੜੇ ਸਵਿਮ ਦਾ ਡ੍ਰੀਮ ਰੱਖਦੇ ਨੇ ਉਹਨਾਂ ਲਈ ਫ੍ਰੀ ਸਵਿਮਿੰਗ ਕਰਵਾਉਂਦੇ ਹੋ? ਇਹਦੇ 'ਚ ਐਂ ਆ ਜੀ, ਆਪਣੇ ਨਾ ਇੱਥੇ ਆਪਣੇ ਸਾਡੇ ਜਸਵੀਰ ਸਿੰਘ ਜੀ ਨੇ ਕੋਚ ਜੀ, ਉਹਨਾਂ ਨੇ ਉਹ ਆਪ ਰੋਇੰਗ ਦੇ ਵਿੱਚ ਗੋਲਡ ਮੈਡਲਿਸਟ ਨੇ, 올림ਪੀਅਨ ਨੇ ਜੀ, ਫੌਜ ਤੋਂ ਰਿਟਾਇਰ ਹੋਏ ਨੇ ਜੀ। ਉਹਨਾਂ ਨੇ ਆ ਕੇ ਪਿੰਡ ਸ਼ੁਰੂ ਕੀਤਾ ਬੱਚਿਆਂ ਨੂੰ ਰੋਇੰਗ ਸਿਖਾਉਣਾ ਜੀ। ਰੋਇੰਗ ਲਈ ਇੱਕ ਕੰਪਲਸਰੀ ਇਹ ਹੁੰਦਾ ਕਿ ਜਿਹੜਾ ਬੱਚੇ ਨੇ ਰੋਇੰਗ ਕਰਨੀ ਆ ਉਹਨੂੰ ਸਵਿਮਿੰਗ ਆਉਣੀ ਜ਼ਰੂਰੀ ਆ ਜੀ, ਨਹੀਂ ਉਹ ਕੁਆਲੀਫਾਈ ਨਹੀਂ ਹੁੰਦਾ ਜੀ। ਸੋ ਉਹ ਜਿਹੜੇ ਬੱਚੇ ਸੀਗੇ ਰੋਇੰਗ ਵਾਲੇ, ਉਹ ਆਪਣੇ ਇੱਥੇ ਤਕਰੀਬਨ ਰੋਜ਼ ਹੀ 40 ਬੱਚੇ ਸਵੇਰੇ ਸਵੇਰੇ ਟਾਈਮ ਉਹਨਾਂ ਦਾ ਹੁੰਦਾ 9 ਵਜੇ ਤੱਕ ਜੀ, ਉਹ ਇੱਥੇ ਸਵਿਮਿੰਗ ਸਿੱਖ ਕੇ ਜਾਂਦੇ ਆ, ਤੇ ਉਹਦਾ ਰਿਜ਼ਲਟ ਸਾਨੂੰ ਆ 3-4 ਸਾਲਾਂ 'ਚ ਇੰਨਾ ਵਧੀਆ ਮਿਲਿਆ। ਤੇ ਆ ਹੁਣ ਪਿੱਛੇ ਝਾਰਖੰਡ ਟੀਮ ਜਾ ਕੇ ਆਈ ਆ ਆਪਣਾ ਡਰੈਗਨ ਬੋਟ ਕੰਪੀਟੀਸ਼ਨ ਦੇ ਵਿੱਚ, ਉਹਦੇ 'ਚ 48 ਬੱਚੇ ਸਾਰੇ ਗਏ ਸੀਗੇ ਮੋਗੇ ਦੇ ਵਿੱਚੋਂ ਜੀ, ਆਪਣਾ ਪੰਜਾਬ ਦੇ ਵਿੱਚੋਂ ਜੀ, ਉਹਦੇ 'ਚ 28 ਬੱਚੇ ਸਾਡੇ ਪਿੰਡ ਦੇ ਸੀ ਢੁੱਡੀਆਂ ਦੇ ਜੀ। ਤੇ ਬਹੁਤ ਵਧੀਆ ਰਿਜ਼ਲਟ ਆ, ਵਧਣੀ ਆ। ਥੋੜ੍ਹਾ ਟਾਈਮ ਪਹਿਲਾਂ ਆਪਣੇ ਆਏ ਸੀਗੇ ਖੇਡ ਮੰਤਰੀ ਮੀਥੇਰ ਜੀ, ਉਹ ਉਦਘਾਟਨ ਕਰਕੇ ਗਏ ਨੇ, ਵਿਜ਼ਿਟ ਕਰਕੇ ਗਏ। ਹਾਂਜੀ, ਉਹ ਰੋਇੰਗ ਦਾ ਉਦਘਾਟਨ ਕਰਕੇ ਗਏ ਨੇ, ਉੱਥੇ ਕਲੱਬ ਬਣਿਆ ਰੋਇੰਗ ਦਾ, ਬੱਦਲੀ ਵਾਲੀ ਨਹਿਰ ਆ ਉਹਦੇ ਉੱਤੇ ਜੀ ਜੀ। ਨਹੀਂ ਤਾਂ ਇਹ ਹੁੰਦਾ ਸੀਗਾ ਚੰਡੀਗੜ੍ਹ ਜਾਣਾ ਪੈਂਦਾ ਸੀਗਾ ਬੱਚਿਆਂ ਨੂੰ ਰੋਇੰਗ ਲਈ, ਆ ਹੁਣ ਪ੍ਰੈਕਟਿਸ ਉੱਥੇ ਹੋ ਜਾਂਦੀ ਆ, ਟ੍ਰੇਨਿੰਗ ਇੱਥੇ ਹੋ ਜਾਂਦੀ ਆ ਜਿਹੜੀ ਸਵਿਮਿੰਗ ਦੀ। ਬਹੁਤ ਵਧੀਆ ਉਪਰਾਲਾ ਕਰ ਰਹੇ। ਔਰ ਜੇ ਮੈਂ ਫੈਮਿਲੀ ਦੀ ਗੱਲ ਕਰਾਂ ਕਿ ਇੱਥੇ ਸਿਰਫ ਨੌਜਵਾਨ ਹੀ ਪਹੁੰਚਦੇ ਨੇ ਜਾਂ ਫੈਮਿਲੀਆਂ ਵੀ ਇੱਥੇ ਪਹੁੰਚਦੀਆਂ? ਫੈਮਿਲੀਆਂ ਵੀ ਆਉਂਦੀਆਂ ਨੇ ਜੀ, ਨੌਜਵਾਨ ਵੀ ਆਉਂਦੇ ਆ, ਪ੍ਰਾਈਵੇਟ ਪਾਰਟੀਆਂ ਵੀ ਹੁੰਦੀਆਂ ਨੇ, ਜੇ ਮੰਨ ਲਓ ਕਿਸੇ ਯਾਰ ਦੋਸਤ ਨੇ ਪਾਰਟੀ ਕਰਨੀ ਹੈ ਜਾਂ ਲੇਡੀਜ਼ ਨੇ ਕੋਈ ਆਪਦਾ ਫੰਕਸ਼ਨ ਕਰਨਾ ਨਿੱਕਾ ਮੋਟਾ ਜੀ, ਤੀਆਂ ਤੂਆਂ ਦੇ ਪ੍ਰੋਗਰਾਮ ਸਾਡੇ ਪਿੰਡ ਦੇ ਕਈ ਇੱਥੇ ਕਰ ਲੈਂਦੇ ਆ। ਜਿਸ ਤਰ੍ਹਾਂ ਲੇਡੀਜ਼ ਦੀ ਗੱਲ ਕਰੀਏ, ਲੇਡੀਜ਼ ਨੂੰ ਵੀ ਅੱਜ ਕੱਲ੍ਹ ਬੜਾ ਸ਼ੌਂਕ ਆ ਸਵਿਮਿੰਗ ਕਰਨ ਦਾ, ਤੇ ਫਿਰ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਤੁਸੀਂ ਇਹ ਚੀਜ਼? ਦੇਖੋ, ਅੱਜ ਦਾ ਜਿਹੜਾ ਦੌਰ ਆ, ਜਿਹੜਾ ਜਿਸ ਹਿਸਾਬ ਨਾਲ ਖਾਣਾ ਪੀਣਾ ਹੋਇਆ ਪਿਆ, ਜੰਕ ਫੂਡ ਹੋਰ, ਹਰੇਕ ਬੰਦਾ ਫਿਟਨੈਸ ਨੂੰ ਤਰਜੀਹ ਦਿੰਦਾ। ਬਿਲਕੁਲ ਜੀ, ਬਿਲਕੁਲ। ਫਿਟਨੈਸ ਲਈ ਉੱਥੇ ਆਪਣੇ ਪੰਜਾਬ ਦੇ ਵਿੱਚ ਕੋਈ ਬਾਹਲੇ ਸਾਧਨ ਨਹੀਂ ਹੈ, ਜਾਂ ਜਿਮ ਲਾ ਸਕਦੇ ਆ, ਜਿਮ 'ਚ ਐਕਸਰਸਾਈਜ਼ ਕਰ ਸਕਦੇ ਆ, ਸਵਿਮਿੰਗ ਦਾ ਤਾਂ ਹੈ ਹੀ ਨਹੀਂ ਸੀ, ਇਸੇ ਕਰਕੇ ਸਵਿਮਿੰਗ ਦਾ ਬਣਾਇਆ। ਸਭ ਤੋਂ ਵਧੀਆ ਜੇ ਤੁਸੀਂ ਟੋਟਲ ਬਾਡੀ ਦਾ ਆਪਦਾ ਫਿਟਨੈਸ ਦੇਖਣੀ ਹੈ ਨਾ, ਜਿਹ 'ਚ ਸਾਰੇ ਮਸਲਸ ਕੰਮ ਕਰਦੇ ਹੋਣ, ਜਾਂ ਉਹ ਹਾਰਸ ਰਾਈਡਿੰਗ ਆ ਜਾਂ ਉਹ ਸਵਿਮਿੰਗ ਆ, ਜਿਹਦੇ ਵਿੱਚ ਤੁਹਾਡੇ ਸਾਰੇ ਮਸਲਸ ਕੰਮ ਕਰਦੇ ਆ। ਬਿਲਕੁਲ। ਸੋ ਫਿਟਨੈਸ ਲਈ ਬਹੁਤ ਵਧੀਆ, ਲੇਡੀਜ਼ ਵੀ ਹੁੰਦੀਆਂ ਨੇ, ਪਰ ਉਹਨਾਂ ਲਈ ਇੱਕ ਟਾਈਮ ਜੇ ਮੰਨ ਲਓ ਕਿਸੇ ਗਰੁੱਪ ਨੇ ਆਉਣਾ ਤੱਕ ਬਕਾਇਦਾ ਟਾਈਮ ਰੱਖਿਆ ਜਾਂਦਾ ਕਿ ਆਹ ਟਾਈਮ ਆ ਜਾਓ ਤੁਸੀਂ, ਉਦੋਂ ਫਿਰ ਬੰਦਿਆਂ ਦੀ ਐਂਟਰੀ ਬੰਦ ਕਰ ਦੇਣੀ। ਤੇ ਖਾਣ ਪੀਣ ਦਾ ਵੀ ਇੱਥੇ ਅਰੇਂਜਮੈਂਟ ਕੀਤਾ ਗਿਆ? ਖਾਣ ਪੀਣ ਦਾ ਇਹ ਆ ਕਿ ਜੇ ਕਿਸੇ ਨੇ ਆਪਦਾ ਕਰਾਉਣਾ ਅਰੇਂਜਮੈਂਟ ਮੌਕੇ ਤੇ ਕਰ ਦੀ ਤਾਂ ਵੈਸੇ ਨਹੀਂ ਰੱਖਿਆ। ਔਰ ਗੈਰੀ ਜੀ, ਮੈਂ ਗੱਲ ਕਰਾਂ ਜੇ ਆਸ ਪਾਸ ਦੇ ਪਿੰਡਾਂ ਦੀ, ਤਾਂ ਆਹ 2 ਸਾਲਾਂ ਦੇ ਵਿੱਚ ਕਿੰਨੇ ਕੁ ਜਿਹੜੇ ਵਿਜ਼ਿਟ ਕਰ ਚੁੱਕੇ ਨੌਜਵਾਨ? ਮੈਂ ਕਹਿੰਦਾ ਜੀ, ਇਹ ਤਾਂ ਹਿਸਾਬ ਹੀ ਨਹੀਂ ਹੈ ਕੋਈ, ਮਤਲਬ ਆਪਣੇ ਇੱਕ ਤਾਂ ਤਰਾਸ ਦੀ ਇਹ ਸਮਝ ਲਓ ਕਿ ਆਪਣੇ ਜਗਰਾਉਂ ਕਿੱਡਾ ਵੱਡਾ ਸ਼ਹਿਰ ਹੈ ਇੱਥੋਂ। ਬਿਲਕੁਲ। ਜਗਰਾਉਂ ਦੇ ਵਿੱਚ ਸਵਿਮਿੰਗ ਪੂਲ ਹੈ ਨਹੀਂ ਕਿਤੇ ਜੀ। ਬਿਲਕੁਲ। ਫਿਰ ਨਿਹਾਲ ਸਿੰਘ ਵਾਲਾ ਜੀ, ਉੱਥੇ ਸਵਿਮਿੰਗ ਪੂਲ ਹੈ ਨਹੀਂ। ਮੋਗੇ ਵਿੱਚ ਹੈਗੇ ਆ 2
तीन स्विमिंग पूल है पर रेस्टोरेंट बने हुए हैं। सो उथे ये आ के जेडे पैसे वध भर सकते हैं या रेस्टोरेंट च जाते हैं क्लब के मैंबर बनते हैं सिर्फ उही जा सकते हैं। इहो जिहा ओपन किते भी है नहीं कि मतलब कोई भी पबलिक वाला बंदा नाले इन्नी घट फीस दे विच कोई भी जा सकदा। किन्नी फीस है जी पर परसन? फीस इहदी हैगी जी 100 रुपया ऐतवार के दिन 150 रुपया क्योंकि ऐतवार नूं कट ज्यादा हो जाता है इस करके फीस थोड़ी वध रखी है। आम नहीं 100 रुपया 100 रुपये भी ऐ है कि कोई घंटिया का हिसाब नहीं गा जो एक बार फीस देती है सारा दिन भावती रहे थक हार के फिर बंदा मतलब 12 घंटे दे विच पूरे चार्ज 100 रुपया जिन्ना टाइम मर्जी बंदे दी मर्जी आ क्योंकि कई बार कई तां एवें हुंदे आ ग्रुप हुंदे आ यारां दोस्तां दे जी ओह केरां सवेरे आ के बढ़ जांदे आ उदों बाद रात नूं निकल के जांदे मतलब पूरे ही चाह पूरा करके जांदे। कल्ला स्विमिंग नहीं ना फिर उदों बाद बाहर बह के गल्लां कर लईआं कोई आपदा खाण पीण कर लिया सारा कुछ सारी दिहाड़ी दी पिकनिक हो जांदी है जी। बिल्कुल बिल्कुल। ओह जे मैं गल करां स्विमिंग पूल दी किन्ने समें दे विच भर लैंदे जी? भर लैंदा मीनस पानी जी जी हां किन्ने समें च जिहड़ा फिल करदा? 5 घंटे लगते हैं भरन च 5 तो 6 घंटे जी तो इन्ना ही टाइम इनू खाली करने लगता पर साड़ी कोशिश यह होंगी है कि जो पानी है वेस्ट ना हो क्योंकि ये असं कोई कैमिकल नहीं वह यूज करते हार्मफुल कैमिकल कह लो यह क्लोरीन पाई दी है। क्लोरीन आम तौर पर जो बड़ी टैंकियां भी है उन्होंने भी क्लोरीन पैंती है जो पीण योग होंगी है तो यह पानी साडा सामने खेत असं कोशिश यह कर दें कि जो खेत में पानी देना उदो यही पानी यूज कर लीजिए मतलब हफ्ते 10 दिन बाद हफ्ते बाद हाँ जी जे मतलब हुण जिवें मीह दा मौसम आ ह्यूमिडिटी ज्यादा आ मौसम ते वी डिपेंड करदा हुंदा पानी खराब होना बिल्कुल ते उदों छेता छेती हरा हो जांदा जदों मतलब धुप चंगी हुंदी आ उदों फंगस घट बणदी हुंदी आ बैक्टीरिया घट बणदा उदों हौली हौली हुंदा ओह फिर उन्ना क क्लोरीन साफ कर दिंदा। क्लोरीन मतलब अखां ते असर नहीं करदा इह चीज़ नाल? नहीं बल्कि ओह ऐ आ जे लम्मा टाइम तुसीं उहनूं इनहेल करो फिर उहदा नुकसान हुंदा पर ਤੁਸੀਂ ਆ ਪੂਲ ਤੇ ਜਾ ਕੇ ਦੇਖ ਲਓ ਜੇ ਤੇ ਇੱਕ ਕਿਸੇ ਸ਼ਹਿਰ ਵਾਲੇ ਪੂਲ ਤੇ ਜਾ ਕੇ ਦੇਖ ਲਓ ਜੀ ਉਹ ਸ਼ਹਿਰ ਵਾਲੇ ਪੂਲ ਤੋਂ ਤੁਸੀਂ ਐਂਟਰ ਕਰਦੇ ਸਾਰ ਤੁਹਾਨੂੰ ਕਲੋਰੀਨ ਦੀ ਸਮੈਲ ਆਊਗੀ। ਬਿਲਕੁਲ ਇੱਥੇ ਆਪਣੇ ਬਿਲਕੁਲ ਨਹੀਂ ਹੁੰਦੀ ਕਿਉਂਕਿ ਬਹੁਤ ਘੱਟ ਮਾਤਰਾ ਯੂਜ਼ ਕਰਦੇ ਆ ਉਹ ਵੀ ਨਾ ਮਤਲਬ ਜਦੋਂ ਜ਼ਰੂਰੀ ਹੋਵੇ ਕਿ ਹੁਣ ਲੋੜ ਹੈਗੀ ਹੈਗੀ ਫਿਰ ਯੂਜ਼ ਕਰਦੇ ਨਹੀਂ ਕਰਦੇ ਜੀ। ਸੋ ਰੋਇੰਗ ਦੀ ਗੱਲ ਕਰੀਏ ਤਾਂ ਹੁਣ ਤੱਕ ਕਿੰਨੇ ਬੱਚੇ ਜਿਹੜੇ ਇਥੋਂ ਮਤਲਬ ਟ੍ਰੇਨਿੰਗ ਲੈ ਕੇ ਜਾ ਚੁੱਕੇ? ਟ੍ਰੇਨਿੰਗ ਰੋਇੰਗ ਲਈ ਤੁਸੀਂ ਨਾ ਕਿਸੇ ਦਿਨ ਸਵੇਰੇ ਆਇਓ ਤੁਹਾਨੂੰ ਦਿਖਾਵਾਂਗੇ ਕਾਫੀ ਬੱਚੇ ਹੁੰਦੇ ਆ ਨਾਲੇ ਤੁਹਾਨੂੰ ਜਸਵੀਰ ਸਿੰਘ ਜੀ ਨਾਲ ਵੀ ਮਿਲਾਵਾਂਗੇ ਇਹਨਾਂ ਨੇ ਸਾਡੇ ਕੋਚ ਸਾਹਿਬ ਨਾਲ ਜੀ तकरीबन 40 बच्चे तो रोज वांगू हुंदे आ प्रैक्टिस करदे आ उदों च ऐ हुंदा कि कईआं दा इंट्रस्ट लगातार बनिया रहिंदा ओह आई जांदे रहिंदे आ कि चले जांदे आ इहदे च फीस वगैरह कोई नहीं है। बच्चों ना एक लालच हुंदा चाहे अपने घर दे वी बच्चे होण उहनां नूं आपां कोई लालच दईए कि आह चीज़ तुहानूं फ्री देवांगे फिर ही ओह कम करदे आ। बिल्कुल। सो उहनां नूं स्विमिंग दा लालच वी हुंदा कि स्विमिंग सानूं फ्री करन नूं मिलदी आ। बिल्कुल। सो इह लालच ते बस वी कई बच्चे हुंदे आ पर जदों रैगूलर करदे आ फिर उहनां दा इंट्रस्ट बण जांदा। बिल्कुल। हुण ਤੁਹਾਨੂੰ ਦੱਸਿਆ ਕਿ 28 ਬੱਚੇ ਤਾਂ ਹੁਣ ਸਾਡੇ ਪਿੰਡ ਤੇ ਜਾ ਕੇ ਆਏ ਆ ਜਿਹਦੇ ਚੋਂ 2 ਗੋਲਡ ਮੈਡਲ ਤੇ 5 ਸਿਲਵਰ ਮੈਡਲ ਲਏ ਆ ਜੀ ਜੀ ਇਦੋਂ ਪਹਿਲਾਂ ਵੀ ਕਈ ਗੋਲਡ ਮੈਡਲ ਤੇ ਸਿਲਵਰ ਮੈਡਲ ਲੈ ਚੁੱਕਿਆ ਤੇ ਉਹਨਾਂ ਵਾਲੇ ਤਿੰਨ ਆ ਹੁਣ ਥੋੜੇ ਟਾਈਮ ਨੂੰ ਸਿੰਗਾਪੁਰ ਦਾ ਇੱਕ ਟੂਰ ਹੋਣਾ ਸ਼ਾਇਦ ਉਹ ਆਪਣਾ ਉਹਦੀ ਕੋਸ਼ਿਸ਼ ਹੋਊਗੀ। ਪਿਛਲੇ ਸਾਲ ਹਾਂਗਕਾਂਗ ਦੇ ਵਿੱਚ ਹੋਈ ਸੀ ਇਨਡੋਰ ਰੋਇੰਗ ਉਹਦੇ ਵਿੱਚ ਇਨਡੋਰ ਦੇ ਵਿੱਚ ਵੀ ਆਪਣੀ ਟੀਮ ਲੈ ਕੇ ਗਈ ਸੀ ਪਾਰਟਿਸਿਪੇਟ ਕੀਤਾ ਹਾਂਜੀ ਪਾਰਟਿਸਿਪੇਟ ਵੀ ਕੀਤਾ ਹੀ ਪਲੱਸ ਜਿੱਤੇ ਵੀ ਸੀ ਮਤਲਬ ਬਹੁਤ ਵਧੀਆ ਰਿਸਪੌਂਸ। ਇੱਕ ਤਾਂ ਇਹ ਦੇਖੋ ਜੀ ਆਪਣੇ ਜਿਹੜੇ ਪੰਜਾਬ ਦੇ ਮੁੰਡੇ ਕੁੜੀਆਂ ਨੇ ਇਹਨਾਂ ਦੇ ਹੱਟ ਪੈਰ ਖੁੱਲੇ ਹੁੰਦੇ ਆ। ਬਿਲਕੁਲ। ਇਹਨਾਂ ਨੂੰ ਸਿਰਫ ਇੱਕ ਗਾਈਡ ਕਰਨ ਦੀ ਲੋੜ ਆ ਕਿ ਜਿਹੜਾ ਇੱਕ ਸਿੱਧੇ ਰਾਹ ਕੋਈ ਪਾਤ ਆ ਜਾਵੇ ਜੇ ਪੈ ਗਏ ਸਿੱਧੇ ਰਾਹ ਤਾਂ ਫਿਰ ਆਪਣੇ ਵਰਗੇ ਨੌਜਵਾਨ ਇਹੋ ਜਿਹੇ ਖੁੱਲੇ ਡੁੱਲੇ ਜੁੱਸੇ ਵਾਲੇ ਹੈ ਨਹੀਂ ਕਿਤੇ ਵੀ ਚਾਹੇ ਉਹ ਕਿਸੇ ਫੀਲਡ 'ਚ ਚਲੇ ਜਾਣ ਉਹ ਕਾਮਯਾਬ ਹੋਣਗੇ। ਬਿਲਕੁਲ। ਚਲੋ ਇਹ ਵੀ ਆ ਕਿ ਆਪਦੇ ਦਿਲ ਤੋਂ ਤੁਹਾਨੂੰ ਹੋਣਾ ਚਾਹੀਦਾ ਕਿਸੇ ਚੀਜ਼ ਦਾ ਤਿਓ ਚਲੋ ਮੈਨੂੰ ਆਪਦੇ ਪਿੰਡ ਨਾਲ ਪਿਆਰ ਆ ਪਹਿਲਾਂ ਮੈਂ ਕਲਕੱਤੇ ਰਿਹਾ ਪੜਿਆ ਵੀ ਉੱਥੇ ਆ ਜੀ ਪਰ ਪੰਜਾਬ ਆ ਕੇ ਵਸਣ ਦਾ ਇਹ ਸੀਗਾ ਕਿ ਆਪਦੀ ਮਿੱਟੀ ਨਾਲ ਪਿਆਰ ਸੀਗਾ ਸਾਰੀ ਫੈਮਿਲੀ ਸਾਡੀ ਇੱਥੇ। ਵੈਸੇ ਤਾਂ ਮੇਰੀ ਫੈਮਿਲੀ ਬਾਹਰ ਆ ਡੈਡੀ ਵੀ ਬਾਹਰ ਆ ਬ੍ਰਦਰ ਵੀ ਬਾਹਰ ਆ ਪਰ ਮੈਂ ਮੇਰੀ ਵਾਈਫ ਮੇਰੀ ਮਦਰ ਮੇਰੇ ਬੱਚੇ ਅਸੀਂ ਸਾਰੇ ਇੱਥੇ ਹੀ ਆ ਤੇ ਨਾ ਹੀ ਅਸੀਂ ਜਾਣਾ ਜੀ ਸਾਡਾ ਇਹ ਆ ਕਿ ਅਸੀਂ ਰਹਿਣਾ ਹੀ ਇੱਥੇ ਆ ਇਹ ਇੱਕ ਐਗਜ਼ਾਮਪਲ ਵੀ ਸੈੱਟ ਕਰਨੀ ਆ ਲੋਕਾਂ ਨੂੰ ਜਿਹੜੇ ਲੋਕੀ ਮੈਂ ਪੈਸੇ ਸੱਟ ਸੱਟ ਕੇ ਲੋਕੀ ਬਾਹਰ ਜਾਈ ਜਾਂਦੇ ਉੱਥੇ ਵੀ ਤੁਸੀਂ ਦਿਹਾੜੀਆਂ ਹੀ ਕਰਨੀਆਂ ਇੰਨੇ ਕੁ ਪੈਸੇ ਤੁਸੀਂ ਇੱਥੇ ਲਾ ਕੇ ਕੁਛ ਨਾ ਕੁਛ ਕੰਮ ਸੱਟ ਕਰ ਲਓ ਵਧੀਆ ਆਪਦੀ ਜ਼ਿੰਦਗੀ ਬਸਰ ਕਰ ਸਕਦੇ ਹੋ ਆਪਦੀ ਮਰਜ਼ੀ ਦੇ ਨਾਲ। ਬਿਲਕੁਲ ਜੀ। ਉੱਥੇ ਤੁਸੀਂ ਆਪਦੀ ਮਰਜ਼ੀ ਨਾਲ ਨਹੀਂ ਕਰ ਸਕਦੇ ਇੰਨੇ ਪੈਸੇ ਲਾ ਕੇ ਵੀ ਤਾਂ ਗੁਲਾਮੀ ਕਰਦੇ ਆ। ਉਹ ਮੈਨੂੰ ਇਹ ਲੱਗਦਾ ਕਿ ਇੱਕ ਐਗਜ਼ਾਮਪਲ ਸੈੱਟ ਕਰਨ ਲਈ ਵੀ ਪਹਿਲਾਂ ਤਾਂ ਆਪਦੇ ਉੱਤੇ ਐਗਜ਼ਾਮਪਲ ਬਣਾਉਣਾ ਜ਼ਰੂਰੀ ਹੈ ਫਿਰ ਹੀ ਆਪਾਂ ਕਿਸੇ ਨੂੰ ਕਹਿ ਸਕਦੇ ਹਾਂ। ਹੁਣ ਜੇ ਮੈਂ ਆਪ ਆਇਆ ਹੋਵਾਂ ਬਾਹਰਲੇ ਮੁਲਕ ਤੋਂ ਉੱਥੇ 20 ਸਾਲ ਲਾ ਕੇ ਕਮਾਈ ਕਰਕੇ ਫਿਰ ਮੈਂ ਕਿਸੇ ਨੂੰ ਰਹਿ ਦਵਾਂ ਯਾਰ ਬਾਹਰ ਤਾਂ ਕੁਛ ਨਹੀਂ ਰੱਖਿਆ ਹਾਂ ਤੇ ਉਹ ਰਹਿ ਮੈਨੇ ਨਹੀਂ ਰੱਖੂ ਨਹੀਂ ਰੱਖਦੀ ਤੇ ਜੇ ਆਪਾਂ ਇੱਥੇ ਰਹਿ ਕੇ ਚਾਹੇ ਚੰਗੀ ਖਾਂਦੇ ਆ ਚਾਹੇ ਮਾੜੀ ਖਾਂਦੇ ਆ ਜਦੋਂ ਇੱਥੇ ਰਹਿ ਕੇ ਕਰਦੇ ਆ ਲੋਕਾਂ ਦੇ ਵਿੱਚ ਰਹਿ ਕੇ ਕਰਦੇ ਆ ਫਿਰ ਉਹ ਰਹਿ ਮੈਟਰ ਵੀ ਕਰਦੀ ਲੋਕੀ ਵੀ ਉਸ ਗੱਲ ਨੂੰ ਸਮਝਦੇ ਆ। ਬਿਲਕੁਲ। ਸੋ ਪਿੰਡ ਦੇ ਲੋਕ ਵੀ ਸਮਝਦੇ ਆ ਰਿਸਪੈਕਟ ਵੀ ਕਰਦੇ ਆ ਤੇ ਲੋਕਾਂ ਨੂੰ ਆਸ ਵੀ ਹੁੰਦੀ ਆ ਕਿ ਇੱਕ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਉਹਦਾ ਮੈਂ ਮੈਂਬਰ ਆ ਕਾਫੀ ਟਾਈਮ ਤੋਂ ਜੀ
काम कर रहे हैं। सो लोगों नू ये आस भी है कि सरकार बनी है कि आने वाले समय च पिंड लई कुछ वखरा काम होणगे। जी वो कोशिश भी आप दे लोग करांगे जिन्ने हो सकदे। सो गैरी जी असीं उम्मीद करदे हां, बहुत वधिया लग्गिया तुहाडा इंटरव्यू करके, उम्मीद करते हैं कि जल्दी फिर किसी विषय से लैके तुहानू हाजिर करांगे। जी सो दर्शकों कहते हैं कि एग्जाम्पल देने लई पहला एग्जाम्पल बनना पैंदा, और गैरी जी ने बड़ी वधिया गल कीती आ भी लखां रुपए ला के अज कनेडा अमरीका की धरती से साडे नौजवान पीढ़ी आ उत्थे भी उन्होंने कहा कि नौकरी करनी आ, उन्नी पैसे ला के तुसी पंजाब दे विच अपना थोड़ा ही सही वधिया तरीके दे नाल आपदा बिजनेस कर सकते हो। उम्मीद करते हैं अज की यह वीडियो तुहानू पसंद आई होगी, और दस देवा कि मोगा जिला के आस पास के पिंड के नौजवान वड्डी गिणती दे विच पहुँचते हैं, क्योंकि ज़्यादातर लोगों नू शायद इस बारे नहीं पता, और मात्र छोटी जी फीस के विच ही जिहड़े अगे लोगों के शौक भी पूरे होंगे ने। सो होर अपडेट्स के लिए बने रहो JVS टाइम।